ਮੈਨੂੰ 6.5 months ਹੋ ਗਏ, ਮਤਲਬ ਹੇਅਰਲਾਈਨ ਵਗੈਰਾ ਕਾਫੀ ਸਹੀ ਲੱਗ ਰਹੀ ਹੈ ਮੈਨੂੰ ਤਾਂ, ਠੀਕ ਹੈ। ਬਟ ਮੈਂ ਇਦਾਂ ਪੁੱਛਣਾ ਸੀਗਾ ਵੀ ਮੈਨੂੰ ਮਤਲਬ ਫਿਨਿਸਟ੍ਰਾਈਡ ਯੂਜ਼ ਕਰ ਰਿਹਾ, ਮਾਈਨੋਕਸੀਡਿਲ, ਜੌਨਸਨ ਬੇਬੀ ਆਇਲ ਸ਼ੈਂਪੂ ਯੂਜ਼ ਕਰ ਰਿਹਾ, ਬਟ ਮੈਨੂੰ ਥੋੜੇ ਟਾਈਮ ਤੋਂ ਮੈਂ ਥੋੜਾ ਹੇਅਰ ਫਾਲ ਚ ਇਨਕਰੀਜ਼ ਨੋਟਿਸ ਕੀਤਾ, ਮਤਲਬ ਟ੍ਰਾਂਸਪਲਾਂਟ ਹੇਅਰ ਦੀ ਗ੍ਰੋਥ ਬਹੁਤ ਬੈਟਰ ਆ, ਬਟ ਮੈਨੂੰ ਲੱਗਿਆ ਜਿਵੇਂ ਆਪਣੀ ਹੇਅਰ ਆ ਉਹਨਾਂ ਦੀ ਥੋੜਾ ਹੇਅਰ ਫਾਲ ਜਿਵੇਂ ਨੈਟ ਚ ਦੇਖ ਲੈਣਾ ਹੁੰਦਾ ਡਰੇਨੇਜ ਨੈਟ, ਮੈਨੂੰ ਥੋੜਾ ਵਧੀਆ ਲੱਗ ਰਿਹਾ ਪਿਛਲੇ 15 ਮਹੀਨੇ ਤੋਂ। ਅੱਛਾ, ਮਤਲਬ ਹੁਣ ਤੁਹਾਡੇ ਅਰਾਊਂਡ 7 ਮੰਥਸ ਹੋ ਗਏ ਨੇ? ਹਾਂਜੀ 7 ਮੰਥਸ ਹੋ ਗਏ ਨੇ। ਤੇ ਰਿਜ਼ਲਟ ਠੀਕ ਹੈ, ਇੱਕ ਪਿੱਛੇ ਕਰਕੇ ਦਿਖਾਓ। ਹਾਂ, ਰਿਜ਼ਲਟ ਤੇ ਵਧੀਆ, ਠੀਕ ਹੈ, ਵੈਰੀ ਨਾਈਸ ਨੈਚੁਰਲ ਰਿਜ਼ਲਟ। ਮਤਲਬ ਦੇਖੋ ਪੂਰੇ ਅੱਗੇ ਸਿੰਗਲਸ ਨੇ ਔਰ ਪਿੱਛੇ ਜਾ ਕੇ ਡਬਲਸ ਟ੍ਰਿਪਲਸ ਨੇ, ਤੇ ਕੋਈ ਕਹਿ ਨਹੀਂ ਸਕਦਾ ਕਿ ਹੇਅਰ ਟ੍ਰਾਂਸਪਲਾਂਟ ਕਰਾਇਆ। ਕਿਸੇ ਨੇ ਦੱਸਿਆ ਤੁਹਾਨੂੰ ਕਿ ਕਿਹਾ ਕਿ ਰਿਮਾਰਕ ਕਿ ਤੁਸੀਂ ਕਰਾਇਆ ਕਿ ਨਹੀਂ ਹੇਅਰ ਟ੍ਰਾਂਸਪਲਾਂਟ? ਬਿਲਕੁਲ, ਵੈਰੀ ਨਾਈਸ, ਵੈਰੀ ਨਾਈਸ, ਵੈਰੀ ਨਾਈਸ, ਵੈਰੀ ਗੁੱਡ। ਹਾਲੇ ਤਾਂ ਟਾਈਮ ਹੈਗਾ, ਦੇਖੋ ਹਾਲੇ ਤੁਹਾਡਾ ਟਾਈਮ ਹੈਗਾ 12 ਮੰਥਸ ਤੱਕ, ਹਾਲੇ ਡੈਂਸਿਟੀ ਬਣੇਗੀ ਤੁਹਾਡੀ। ਹੁਣ ਤਾਂ ਸਿਰਫ 7th ਮੰਥ ਚੱਲ ਰਿਹਾ, ਠੀਕ ਹੈ, ਇਟ ਵਿਲ ਬਿਕਮ ਵੈਰੀ ਨੈਚੁਰਲ। ਕੋਈ ਨਹੀਂ ਦੱਸ ਸਕਦਾ, ਈਵਨ ਹੇਅਰ ਟ੍ਰਾਂਸਪਲਾਂਟ ਉਹ ਹੁੰਦਾ ਜਿਹੜਾ ਈਵਨ ਬਾਬਰ ਕੈਨੋਟ ਟੈਲ, ਦੈਟ ਇਜ਼ ਦ ਕੁਆਲਿਟੀ ਆਫ ਅ ਹੇਅਰ ਟ੍ਰਾਂਸਪਲਾਂਟ ਦੈਟ ਯੂ ਸ਼ੁੱਡ ਏਮ ਐਟ। ਇਹ ਨਹੀਂ ਕਿ ਵਾਲ 'ਤੇ ਕੋਈ ਵੀ ਲਾ ਲੈਂਦਾ, ਪਰ ਉਹ ਨੈਚੁਰਲਨੈਸ ਲੈ ਕੇ ਆਉਣਾ ਇਜ਼ ਮੋਰ ਇੰਪੋਰਟੈਂਟ। ਹਾਂਜੀ, ਉਹ ਬਹੁਤ ਵਧੀਆ ਹੈ ਜੀ, ਅਜੇ ਮੈਂ 2 ਦਿਨ ਹੋ ਗਏ ਵਾਸ਼ ਕੀਤੇ, ਮੈਂ ਕੱਲ ਸਵੇਰ ਕੀਤਾ ਸੀ, ਇਹ ਮਤਲਬ ਵਾਸ਼ ਕੰਡੀਸ਼ਨ ਆ ਜਿਹੜੀ ਦਿਖ ਰਹੀ ਹੈ। ਅੱਛਾ, ਇਹ ਬਹੁਤ ਬੈਟਰ ਹੋ ਜਾਂਦੇ ਨੇ, ਮੈਂ ਇੱਕਦਮ ਵਾਸ਼ ਕਰ ਰਿਹਾ। ਵੈਰੀ ਨਾਈਸ, ਵੈਰੀ ਨਾਈਸ, ਵੈਰੀ ਨਾਈਸ। ਬਸ ਕੋਈ ਵੀ ਮੈਨੂੰ ਮਤਲਬ ਉਤਮ, ਮੈਂ ਬਹੁਤ ਕੰਫਰਟੇਬਲ ਫੀਲ ਕਰਦਾ, ਬਾਹਰ ਪੁੱਟ ਬਣ ਗਿਆ, ਬਹੁਤ ਜਣੀ ਰੂਟੀਨ ਵੀ ਬਹੁਤ ਚੇਂਜ ਹੈ, ਬਟ ਮੈਨੂੰ ਥੋੜਾ ਇਹ ਨਾ ਹੋਇਆ ਸੀ ਵੀ ਇੱਕ ਮੌਸਮ ਵਿੱਚ ਬਹੁਤ ਡਰਾਈ ਹੋਇਆ, ਮੈਂ ਵਿਨੀਪੈਗ ਆ, ਇੱਕਦਮ ਠੰਡ ਹੋਈ ਆ। ਵਿਨੀਪੈਗ ਤੋਂ ਤੁਸੀਂ? ਵਿਨੀਪੈਗ ਹੈ ਨਾ? ਤੁਸੀਂ ਨਾ ਹੁਣ ਮੈਡੀਸਨ ਲੈ ਰਹੇ ਹੋ ਹੁਣੇ? ਹਾਂਜੀ, ਮੈਂ ਮੈਡੀਸਨ ਲੈ ਰਿਹਾ, ਮੈਂ ਫਿਨਿਕਸ ਲੈ ਰਿਹਾ ਸੀ ਇੱਥੇ, ਹੁਣ ਮੈਂ ਡਾਕਟਰ ਤੋਂ ਪ੍ਰੈਸਕ੍ਰਿਪਸ਼ਨ ਤੇ ਲਈ ਆ, ਉਹਦਾ ਮੈਨੂੰ ਬ੍ਰੈਂਡ ਨਹੀਂ ਪਤਾ, ਪਰ ਫਿਨਿਕਸ ਲੈ ਰਿਹਾ। ਹਾਂ ਉਹ ਠੀਕ ਹੈ, ਉਹ ਲੈਂਦੇ ਰਹੋ ਤੁਸੀਂ, ਔਰ ਬੀਨੀ ਨਹੀਂ ਪਾਣੀ ਤੁਸੀਂ, ਬਿਕੋਜ਼ ਕੋਲਡ ਵੈਦਰ ਵਿੱਚ ਬੀਨੀ ਕਾਫੀ ਲੋਕ ਪਾ ਲੈਂਦੇ ਨੇ, ਵੂਲਨ ਕੈਪ। ਬੀਨੀ ਨਾ ਪਾਇਓ, ਠੀਕ ਹੈ, ਔਰ ਜ਼ਿਆਦਾ ਕੈਪ ਘੱਟ ਪਾਇਆ ਕਰੋ। ਬਾਕੀ ਇਹ ਥੋੜ੍ਹਾ ਸੀਜ਼ਨਲ ਵੀ ਹੁੰਦਾ, ਸੀਜ਼ਨਲ ਵੀ ਹੁੰਦਾ ਥੋੜ੍ਹਾ, ਜਿਸ ਤਰ੍ਹਾਂ ਸੀਜ਼ਨ ਚੇਂਜ ਹੁੰਦਾ ਨਾ, ਹੇਅਰ ਲੋਸ ਵੱਧਦੀ ਹੈ। ਹੁਣ ਤੁਸੀਂ ਦੇਖੋਗੇ ਜਿਸ ਤਰ੍ਹਾਂ ਤੁਹਾਡੀ ਸਪਰਿੰਗ ਆਏਗੀ, ਫਾਲ ਆਏਗੀ, ਤੁਹਾਡਾ ਹੇਅਰ ਟ੍ਰਾਂਸਪਲਾਂਟ ਦਾ ਰਿਜ਼ਲਟ ਹੋਰ ਵਧੀਆ ਹੋਏਗਾ। ਹਾਲੇ ਤਾਂ 7ਵਾਂ ਮਹੀਨੇ ਚੱਲ ਰਿਹਾ ਵੈਸੇ ਵੀ, ਠੀਕ ਹੈ, ਔਰ ਵਾਲ ਤਾਂ ਡਿੱਗਦੇ ਰਹਿਣਗੇ, ਉੱਗਦੇ ਰਹਿਣਗੇ, ਉਹ ਤਾਂ ਚੱਲਦਾ ਰਹਿੰਦਾ, ਪਰ ਜਿਹੜੇ ਟ੍ਰਾਂਸਪਲਾਂਟਡ ਵਾਲ ਨੇ ਉਹ ਪਰਮਨੈਂਟ ਨੇ। ਹੁਣ ਜਿਹੜੀ ਤੁਹਾਡੀ ਥਿਨਿੰਗ ਆ ਰਹੀ ਹੈ ਨਾ, ਉਹ ਹੈ ਬਾਕੀ ਦੇ ਵਾਲਾਂ ਦੀ। ਔਰ ਦੂਸਰੀ ਗੱਲ ਇਹ ਹੈ, ਤੁਹਾਡੀ ਏਜ ਕਿੰਨੀ ਹੈ? ਦੂਸਰਾ, ਜਿਹੜੀ ਤੁਸੀਂ ਮੀਨੋਕਸੀਡਿਲ ਲਗਾ ਰਹੇ ਹੋ, ਉਹਦੇ ਬਦਲੇ ਤੁਸੀਂ ਓਰਲ ਮੀਨੋਕਸੀਡਿਲ ਲਗਾ ਖਾਣ ਵਾਸਤੇ, ਮੀਨੋਕਸੀਡਿਲ ਦੀ ਜਗ੍ਹਾ ਤੁਸੀਂ ਓਰਲ ਮੀਨੋਕਸੀਡਿਲ ਲੈ ਸਕਦੇ ਹੋ ਓਰਲੀ।
ਓਕੇ ਉਹਦੇ ਨਾਲ ਕਾਫੀ ਰਿਜ਼ਲਟ ਵਧੀਆ ਹੋਏਗਾ ਤੁਹਾਡਾ, ਮਤਲਬ ਰਿਜ਼ਲਟ ਹੀ ਨਹੀਂ ਮਤਲਬ ਜਿਹੜੇ ਵਾਲ ਬਾਕੀ ਨੇਟਿਵ ਥਿਨਿੰਗ ਹੇਅਰ ਜਿਹੜੇ ਥਿਨ ਆਊਟ ਹੋ ਰਹੇ ਨੇ ਉਹ ਕਾਫੀ ਇੰਪਰੂਵ ਹੋ ਜਾਣਗੇ ਔਰ ਕਾਫੀ ਦੇਰ ਤੱਕ ਬਚੇ ਰਹਿਣਗੇ, ਯੂ ਵਿਲ ਬੀ ਏਬਲ ਟੂ ਇੰਜੋਏ ਯੋਰ ਹੇਅਰ ਫॉर ਅ ਲੌਂਗਰ ਪੀਰੀਅਡ ਆਫ ਟਾਈਮ। ਓਕੇ ਤੁਹਾਨੂੰ ਸਭ ਕੁਛ ਲਿਖ ਦਾਂਗੇ ਅਸੀਂ, ਸਾਰਾ ਸਮਝਾ ਦਾਂਗੇ। ਹੁਣ ਤੁਸੀਂ ਇਸ ਤਰ੍ਹਾਂ ਕਰੋ, ਹੁਣ ਤੁਸੀਂ ਇਸ ਤਰ੍ਹਾਂ ਕਰੋ, ਜੌਨਸਨ ਬੇਬੀ ਸ਼ੈਂਪੂ ਬੰਦ ਕਰ ਦਿਓ, ਜੌਨਸਨ ਆਇਲ ਬੰਦ ਕਰ ਦਿਓ, ਹੁਣ ਤੁਸੀਂ ਮਾਈਲਡ ਸ਼ੈਂਪੂ ਜਿਵੇਂ ਡਵ ਦਾ ਹੋਇਆ, ਲੋਰੀਅਲ ਦਾ ਮਾਈਲਡ ਸ਼ੈਂਪੂ ਉਹ ਯੂਜ਼ ਕਰੋ, ਔਰ ਯੂਜ਼ ਕਰਨ ਤੋਂ ਬਾਅਦ ਬਲੋ ਡਰਾਈ ਕਰਿਆ ਕਰੋ ਆਪਣੇ ਵਾਲਾਂ ਨੂੰ, ਨਾਟ ਐਟ ਹੋਟ ਟੈਂਪਰੇਚਰ ਬਟ ਐਟ ਰੂਮ ਟੈਂਪਰੇਚਰ, ਔਰ ਹਫ਼ਤੇ 'ਚ ਇੱਕ ਵਾਰਾਂ ਜਾਂ ਦੋ ਵਾਰਾਂ ਤੁਸੀਂ ਕੰਡੀਸ਼ਨਰ ਲਗਾਉਣਾ ਹੈ ਉਸੇ ਕੰਪਨੀ ਦਾ, ਲੋਰੀਅਲ ਦਾ ਜਾਂ ਡਵ ਦਾ, ਠੀਕ ਹੈ। ਓਕੇ ਹੁਣ ਬੇਬੀ ਸ਼ੈਂਪੂ, ਹਾਂ ਬੇਬੀ ਸ਼ੈਂਪੂ ਹੁਣ ਯੂਜ਼ ਕਰਨ ਦੀ ਜ਼ਰੂਰਤ ਨਹੀਂ ਹੈ। ਹਾਂ ਬਲੋ ਡਰਾਈ ਕਰ ਸਕਦੇ ਹੋ ਪਰ ਹੋਟ ਟੈਂਪਰੇਚਰ, ਹੋਟ ਏਅਰ ਤੇ ਨਹੀਂ, ਹੋਟ ਏਅਰ ਮੋਡ ਤੇ ਨਹੀਂ, ਰੂਮ ਟੈਂਪਰੇਚਰ ਮੋਡ, ਠੀਕ ਹੈ। ਵਿਨੀਪੈਗ ਵਿੱਚ ਮਿਲਣਾ, ਮੈਡੀਸਿਨ ਮਿਲਣੀ, ਇੰਡੀਅਨਸ ਨੇ ਕੋਈ ਨਾ ਕੋਈ ਛੁੱਟੀ ਆਉਂਦਾ ਰਹਿੰਦਾ, ਕੋਈ ਨਾ ਕੋਈ ਰਿਸ਼ਤੇਦਾਰ ਆਉਂਦਾ ਰਹਿੰਦਾ, ਉਹਦੇ ਥਰੂ ਮੰਗਾ ਲਿਆ ਕਰੋ। ਹੁਣ ਤਾਂ ਤੁਸੀਂ ਆ ਹੀ ਰਹੇ ਹੋ, ਇੱਕ ਸਾਲ ਦੀ ਲੈ ਕੇ ਜਾ ਸਕਦੇ ਹੋ ਚਾਹੀਦੀ ਹੈ ਤੇ, ਹਾਂਜੀ ਮਿਲ ਲਿਓ ਇੱਕ ਵਾਰ ਅਗਲੇ ਮਹੀਨੇ, ਇਟ ਵਿਲ ਬੀ ਨਾਈਸ ਟੂ ਮੀਟ ਯੂ। ਓਕੇ ਹੋਰ ਕੁਛ? ਓਕੇ ਆਲ ਦਾ ਬੈਸਟ, ਬਾਏ ਬਾਏ ਬਾਏ, ਥੈਂਕ ਯੂ।